ਹੱਥ ਜੋੜੋ ਸਾਰੇ, ਸਿਰ ਨਵਾਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੱਗੇ, ਸਿਰ ਨਵਾ ਕੇ ਸਾਰੇ ਪੜੋ, ਡੰਡੋਤ ਬੰਦਨ ਅਨਕਵਾਰ ਸਰਬ ਕਲਾ ਸਰਬ ਕਲਾ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਰੂਹ ਹਰ ਦਰ ਜਿਸਮ ਗੁਰ ਗੋਬਿੰਦ ਸਿੰਘ ਨੂਰ ਹਰ ਦਰ ਚਸ਼ਮ ਗੁਰ ਗੋਬਿੰਦ ਸਿੰਘ ਹੱਕ ਹੱਕ ਅਗਾਹ ਗੁਰ ਗੋਬਿੰਦ ਸਿੰਘ ਬਾਦਸ਼ਾਹ ਚਾਹੇ ਛੈਨ ਸ਼ਾਹ ਗੁਰ ਗੋ ਹੱਕ ਹੱਕ ਅੰਦੇਸ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ ਭੁੱਲੇ ਮਾਰਗ ਜਿਨੇ ਬਤਾਇਆ ਭੁੱਲੇ ਮਾਰਗ ਜਿਨੇ ਬਤਾਇਆ ਭੁੱਲੇ ਮਾਰਗ ਜਿਨੇ ਬਤਾਇਆ ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ ਗੁਰਮੁਖ ਪਿਆਰੇ ਰੱਬੀ ਬਾਣੀ ਦਾ ਕੀਰਤਨ ਆਪ ਜੀ ਨੂੰ ਸੁਣਾ ਰਹੇ ਸੀ ਗੁਰੂ ਕੇ ਸਿੱਖੋ ਇੱਕ ਵਚਨ 'ਤੇ ਉਹਨਾਂ ਬੜਾ ਜ਼ੋਰ ਦਿੱਤਾ ਹੈ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਸੁਰਖਰੂ ਮੈਂ ਸੋਚਦਾ ਸਾਂ ਉਹ ਕੌਣ ਆ ਜਿੱਥੇ ਜਾਵੇ ਉੱਥੇ ਹੀ ਸੁਰਖਰੂ ਇੱਧਰ ਮਨ ਵਿੱਚ ਫੁਰਨਾ ਆਇਆ ਉੱਧਰ ਉਹਨਾਂ ਦੀ ਰਚਨਾ 'ਤੇ ਬਹਿ ਕੇ ਆਖਿਆ ਧੰਨ ਗੁਰੂ ਨਾਨਕ ਸਾਹਿਬ ਉਹ ਧੰਨ ਗੁਰੂ ਨਾਨਕ ਹੈ ਮੱਕੇ ਮਦੀਨੇ ਗਿਆ ਸੁਰਖਰੂ ਆਖੋ ਵਾਹਿਗੁਰੂ ਹਰਿਦੁਆਰ ਗਿਆ ਸੁਰਖਰੂ ਸੁਮੇਰ ਪਰਬਤ 'ਤੇ ਗਿਆ ਸੁਰਖਰੂ
ਮੁਲਤਾਨ ਗਿਆ ਸੁਰਖਰੂ। ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸਕੇ ਮੂੰਹ ਡਿੱਠੇ ਸਭ ਪਾਪੀ ਤਰਿਆ, ਉਸਕੇ ਮੂੰਹ ਡਿੱਠੇ ਸਭ ਪਾਪੀ ਤਰਿਆ। ਜਦੋਂ ਵਿੱਚ ਵਾਹਿਗੁਰੂ ਦੀ ਧੁਨੀ ਕਰਦੇ ਸੀ ਗੁਰੂ ਕੇ ਲਾਲ, ਮਨ ਵਿੱਚ ਆਉਂਦਾ ਸੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਤੁਸੀਂ ਬਖਸ਼ਿਸ਼ ਕੀਤੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ। ਬੜੇ ਸੋਹਣੇ ਲੱਗਦੇ ਨੇ ਮੂੰਹ ਜਿਨ੍ਹਾਂ ਦੇ ਵਿੱਚੋਂ ਨਿਕਲਦਾ ਵਾਹਿਗੁਰੂ 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 ਵਾਹਿਗੁਰੂ। ਤੁਹਾਡੇ ਵੀ ਸੋਹਣੇ ਲੱਗਣਗੇ। ਜੁੜ ਕੇ ਮੂੰਹ ਤੋਂ ਕਹੋ, ਕੰਨਾਂ ਤੋਂ ਸੁਣੋ, ਸਾਰੇ ਬੋਲਿਆ ਕਰੋ।
ਪ੍ਰਭ ਕੋ ਸਿਮਰੇ ਸਿਮੁਖ ਸੁਹਾਵੇ ਸੁਹਾਵੇ ਮੀਨ ਸੋਹਣੇ। ਹਾਏ ਹਾਏ, ਕਿਸੇ ਚਿੱਟੀ ਚਮੜੀ ਵਾਲੇ ਨੂੰ ਨਹੀਂ ਆਖਿਆ, ਇਹ ਨਹੀਂ ਕਿਹਾ ਤੇਰੇ ਦੰਦ ਉੱਚੇ ਨੇ, ਤੇਰਾ ਮੂੰਹ ਚੰਗਾ ਨਹੀਂ ਲੱਗਦਾ, ਤੇਰਾ ਨੱਕ ਫੀਨਾ ਹੈ, ਤੇਰਾ ਮੂੰਹ ਚੰਗਾ ਨਹੀਂ ਲੱਗਦਾ, ਇਹ ਨਹੀਂ ਕਿਹਾ। ਮੈਂ ਤੇਰਾ ਨੱਕ ਫੀਨਾ ਵੇਖਿਆ ਹੀ ਨਹੀਂ, ਮੈਂ ਤੇਰੇ ਦੰਦ ਉੱਚੇ ਨੀਵੇਂ ਵੇਖੇ ਹੀ ਨਹੀਂ, ਮੈਂ ਤੇਰੀ ਚਮੜੀ ਦਾ ਰੰਗ ਵੇਖਿਆ ਹੀ ਨਹੀਂ। ਮੈਂ ਤੈਨੂੰ ਸੋਹਣੇ ਦਾ ਸਰਟੀਫਿਕੇਟ ਤਾਂ ਦਿੱਤਾ ਹੈ ਕਿਉਂਕਿ ਤੇਰੇ ਮੂੰਹ ਦੇ ਵਿੱਚੋਂ ਨਿਕਲਿਆ ਵਾਹਿਗੁਰੂ। ਮੈਂ ਤੈਨੂੰ ਤਾਂ ਸੋਹਣਾ ਆਖਿਆ ਪੱਖ ਵਾਹਿਗੁਰੂ, ਮੈਂ ਨਹੀਂ ਵੇਖਿਆ ਤੇਰੇ ਕੋਲ ਦੌਲਤ ਕਿੰਨੀ ਹੈ ਪਕੜ, ਤੇਰੇ ਕੋਲ ਦੌਲਤ, ਮੈਂ ਨਹੀਂ ਵੇਖਿਆ ਤੇਰੇ ਕੋਲ ਝੁੱਗੀ ਆ ਕਿ ਮੈਂ ਨਹੀਂ, ਮੈਂ ਤੈਨੂੰ ਇੱਕ ਅਸੀਸ ਦੇ ਦਿੱਤੀ ਪ੍ਰਭ ਕੋ ਸਿਮਰੈ ਤੈਨੂੰ ਸੂਖ ਵਿਹਾਰ। ਜਿਹੜਾ ਪਰਮੇਸ਼ੁਰ ਦਾ ਸਿਮਰਨ ਕਰਦਾ, ਸੁਣੋ ਦੁਨੀਆਂ ਦੇ ਲੋਕੋ, ਅੱਜ ਲੋਕ ਸਿਮਰਨ ਤੋਂ ਦੂਰ ਹੋ ਹੀ ਜਾਂਦੇ ਆ। ਤਨ ਨੇ ਰੂਹਾਂ ਜਨ ਨਾਨਕ ਧੂੜ ਮੰਗੇ ਤੇ ਸਗੁਰ ਸਿੱਖ ਕੀ ਜੋ ਆਪ ਜਪੇ ਤੇ ਅਵਰਾ ਨਾਮ। ਭਾਈ ਜਸਵੀਰ ਸਿੰਘ ਸਾਹਿਬ ਖਾਲਸਾ ਜੀ ਤੋਂ ਬਾਅਦ ਸਟੇਜਾਂ ਦਾ ਸ਼ਿਕਾਰ ਸ਼ਿੰਗਾਰ ਨਹੀਂ ਰਹੇ ਉਹ ਰਾਗੀ ਸਾਹਿਬ, ਜਿਹਨੇ ਰਸ 'ਚ ਉਸ ਗੁਰਮੁਖ ਨੇ ਨਾਮ ਜਪਿਆ ਅਤੇ ਜਪਾਇਆ। ਸੱਚਮੁੱਚ ਜਿਹੜਾ ਜਿਹੜਾ ਸੰਗਤ ਵਿੱਚ ਬੈਠਾ, ਕਿੱਥੇ ਆਸਟ੍ਰੇਲੀਆ, ਕਿੱਥੇ ਅਮਰੀਕਾ, ਕਿੱਥੇ ਕੈਨੇਡਾ, ਕਿੱਥੇ ਇੰਗਲੈਂਡ, ਤੁਹਾਡੇ ਚੌਂਕੀਦਾਰ ਨੇ ਬੜੇ ਹਰੇ ਬੂਟੇ ਵੇਖੇ, ਬਹੁਤ ਹਰੇ ਬੂਟੇ ਵੇਖੇ, ਕਿੰਨੇ ਸਿੰਜਿਆ ਹੈ ਅਖੋ ਵਾਹਿਗੁਰੂ। ਕੀ ਪੁੱਛਿਆ? ਕਹਿੰਦੇ ਪਾਣੀ ਗੁਰੂ ਨਾਨਕ ਦਾ ਸੀ, ਪਾਇਆ ਭਾਈ ਜਸਵੀਰ ਸਿੰਘ ਨੇ ਪਾਣੀ। ਸਾਰੇ ਬੋਲੋ, ਪਾਇਆ ਭਾਈ ਜਸਵੀਰ ਸਿੰਘ ਨੇ। ਮੈਂ ਅਰਦਾਸ ਕਰਦਾ ਗਰੀਬ ਨਵਾਜ, ਜਿਹੜੇ ਇਹਨਾਂ ਪਚੰਨੀਆਂ ਨੇ ਵੀ ਇੰਨੀ ਸੰਗਤ ਦੇ ਮੂੰਹ 'ਚੋਂ ਵਾਹਿਗੁਰੂ ਕਢਾਇਆ ਹੈ, ਸਾਡਾ ਨਿੱਜੀ ਜੀਵਨ ਇੰਨਾ ਉੱਚਾ ਸੁੱਚਾ ਹੋਵੇ, ਜਦੋਂ ਅਸੀਂ ਜਪੀਏ ਅਤੇ ਜਪਾਈਏ ਸਾਡੀ ਰਸਨਾ ਤੋਂ ਬਾਣੀ ਉਚਰੇ ਸਾਧ ਜਾਨ ਅਮਿਓ ਚੱਲੇ ਚਰਨੇ, ਸਾਡੀ ਰਸਨਾ ਤੋਂ ਬਾਣੀ ਉਚਾਰਦੇ ਸਮੇਂ ਅੰਮ੍ਰਿਤ ਦੇ ਝਰਨੇ ਫੁੱਟਣ, ਉਹ ਤਾਂ ਫੁੱਟਣਗੇ ਅਖੋ ਵਾਹਿਗੁਰੂ ਵਾਹਿਗੁਰੂ ਜੇ ਸ਼ਬਦ ਦੀ ਧੁਨੀ ਧੁਨੀ ਤੱਕ ਚਲੇਗੀ, ਅੰਤਰ ਖੂਡਾ ਅੰਦਰ ਖੂਹ ਹੈ ਅੰਮ੍ਰਿਤ ਦਾ ਭਰਿਆ। ਭੈਣੋ ਸੁਣੋ, ਬੱਚਿਓ, ਗੁਰਸਿੱਖੋ ਸੁਣੋ, ਮਨ ਮੇਰਿਆ ਅੰਤਰ ਤੇਰੇ ਨਿਦਾਨ ਹੈ, ਤੂੰ ਬਾਹਰ ਵਸਤਾ ਬਾਹਰ, ਅੰਤਰ ਖੂਟਾ ਅੰਮ੍ਰਿਤ ਭਰਿਆ। ਸਾਰੇ ਬੋਲੋ ਹਪਲਾ, ਅੰਤਰ ਖੂਟਾ ਮਿੰਜ। ਗੁਰਬਾਣੀ ਮੋਹਰ ਲਾ ਕੇ ਇਹ ਗੱਲ ਕਹਿ ਰਹੀ ਆ
ਮੇਰੇ ਪਿਤਾ ਗੁਰਦੇਵ ਜੀ ਕਹਿ ਰਹੇ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਇਹਦੇ ਕਿੰਤੂ ਪਰੰਤੂ ਨਾ ਕਰਿਆ ਜਵਾਂ। ਸਤਿਗੁਰੂ ਦੀ ਬਾਣੀ ਨੂੰ ਸਤ ਸਰੂਪ ਜਾਣ ਕੇ ਸਤ ਕਰਕੇ ਮੰਨੋ। ਆਖੋ ਵਾਹਿਗੁਰੂ ਵਾਹਿਗੁਰੂ। ਮਾਲਕ ਜੀ ਕਹਿੰਦੇ ਤੇਰੇ ਅੰਦਰ ਅੰਮ੍ਰਿਤ ਦਾ ਇੱਕ ਖੂਹ ਭਰਿਆ ਹੈ, ਮਗਰ ਤੂੰ ਅੰਦਰੋਂ ਡੋਲ ਕੱਢ ਕੇ ਲਿਆ ਕੇ ਕਿਸੇ ਪਿਆਸੇ ਦੇ ਮੂੰਹ 'ਚ ਤਾਂ ਪਾਵੇਂਗਾ ਜੇ ਤੇਰਾ ਡੋਲ ਧੁਰ ਤੱਕ ਜਾਊਗਾ। ਤੇ ਡੋਲ ਤੇਰਾ ਕੋਸ਼ਿਸ਼ ਕਰ। ਵਾਹਿਗੁਰੂ 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 ਵਾਹਿਗੁਰੂ। ਕੋਈ ਰਸਨਾ ਵਾਂਝੀ ਨਾ ਰਹੇ, ਥੱਲੇ ਤੱਕ ਲੈ ਕੇ ਜਾਓ ਧੁਨੀ ਤੱਕ। ਵਾਹਿਗੁਰੂ 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 ਵਾਹਿਗੁਰੂ। ਸਾਰਿਆਂ ਦੇ ਸਿਰ ਤੇ ਹੱਥ ਰੱਖੋ। ਵਾਹਿਗੁਰੂ 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 ਵਾਹਿਗੁਰੂ। ਸਾਰੇ ਜਪੋ ਜੀ, ਸਾਰੇ ਜਪੋ। ਵਾਹਿਗੁਰੂ 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 ਵਾਹਿਗੁਰੂ। ਨਾਭੀ ਤੱਕ ਲੈ ਕੇ ਜਾਓ ਗੁਰੂ ਸ਼ਬਦ ਨੂੰ। ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਹੋਰ ਮੋਹਰ ਲਾ ਲਓ, ਅੰਤਰ ਖੂਟਾ ਅੰਮ੍ਰਿਤ ਭਰਿਆ, ਵਿਸ਼ਵਾਸ ਕਰੋ ਅੰਮ੍ਰਿਤ ਬਾਹਰ ਨਹੀਂ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ।
ਸਾਰੇ ਬੋਲੋ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਅੱਜ ਕਹੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੈਂ ਅੱਜ ਤੋਂ ਬਾਹਰ ਨਹੀਂ ਪਾਲੋ, ਘਰੋਂ ਕੱਢੋ। ਮਨ ਮੇਰਿਆ ਅੰਤਰ ਤੇਰੇ ਨਿਦਾਨ ਹੈ, ਦ੍ਰਿੜਤਾ ਦਵਾਓ ਨਾ ਆਪਣੇ ਮਨ ਨੇ। ਮਨ ਮੇਰਿਆ ਅੰਤਰ ਤੇਰੇ ਤੂੰ ਬਾਹਰ ਵਸਤ ਨਾ ਪਾਲ, ਤੂੰ ਬਾਹਰ ਵਸਤ ਨਾ ਅੰਦਰ ਤੇਰੇ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਮਨ ਮੁਖਾਂ ਸਾਧ ਨਾ ਪਾਇਆ ਜਿਉਂ ਕਸਤੂਰੀ ਮਿਰਗ ਨਾ ਜਾਣੇ, ਪਰਮ ਦਾ ਅੰਮ੍ਰਿਤ ਤਜ ਬਿਖ ਸੰਗਰ ਕਰਤੇ ਆਪ ਖਵਾਇਆ, ਕਰਤੇ ਜਿਹੜਾ ਦੇਹ ਚੋਂ ਬਾਹਰ ਲੱਭਣ ਤੁਰਿਆ ਸਮਝ ਲਓ ਉਹਨੂੰ ਕਰਤੇ ਪੁਰਖ ਨੇ ਖੁਆਰੀ ਕਰਾ ਦਿੱਤੀ। ਦੇਹ ਤੋਂ ਬਾਹਰ ਲੱਭਣ ਤੁਰਿਆ ਸਮਝ ਲਓ ਕਰਤੇ ਪੁਰਖ ਨੇ ਉਹਦੀ ਖੁਆਰੀ ਕਰਾ ਦਿੱਤੀ, ਕਰਤੇ ਆਪ ਖੁਆਇਆ, ਖੁਆਰੀ ਵੱਲ ਤੋਰ ਦਿੱਤਾ। ਜਿਹੜਾ ਅੰਦਰ ਆ ਗਿਆ ਸ਼ਬਦੇ ਕਾਢ ਪੀਏ, ਪਨਹਾਰੀ ਹੁੰਦੀ ਅੰਮ੍ਰਿਤ ਕੱਢਣ ਵਾਲੀ, ਪਾਣੀ ਕੱਢਣ ਵਾਲੀ, ਤੇਰੀ ਜਿੰਦ ਅੰਮ੍ਰਿਤ ਕੱਢਣ ਵਾਲੀ ਬਣ ਜਾਏ, ਤੇਰੇ ਸਵਾਸ ਲੱਜ ਬਣ ਜਾਣ, ਆਖੋ ਵਾਹਿਗੁਰੂ, ਤੇਰੇ ਸਵਾਸ ਲੱਜ ਬਣ ਜਾਣ, ਇੱਥੋਂ ਭਰੇ ਹੋਏ ਅੰਮ੍ਰਿਤ ਦੇ ਕੁੰਡ ਵਿੱਚੋਂ ਗੁਰੂ 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 ਅੰਦਰੋਂ ਕੱਢ ਕੇ ਪੀਵੇ, ਅੰਮ੍ਰਿਤ ਕੱਢ ਕੇ ਤੂੰ ਅੰਦਰੋਂ ਰੱਜੇ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿੰਨ ਸੂਖ ਬਿਹਾਵੇ, ਪ੍ਰਭ ਕੋ ਸਿਮਰੈ ਤਿੰਨ ਆਤਮ ਜੀਤਾ, ਆਤਮਕ ਜੀਵਨ ਨੂੰ ਜਿੱਤ ਲਿਆ। ਪ੍ਰਭ ਕੋ ਸਿਮਰੈ ਤਿੰਨ ਨਿਰਮਲ ਰੀਤਾ, ਹਾਏ ਹਾਏ। ਪਰਮੇਸ਼ਵਰ ਦਾ ਸਿਮਰਨ ਕਰਨ ਵਾਲਿਆਂ ਦੇ ਸੁਭਾਅ ਬੜੇ ਨਿਰਮਲ ਹੁੰਦੇ। ਅਸੀਂ ਤੇ ਸਾਰਾ ਸਾਰਾ ਦਿਨ ਸਿਮਰਨ ਕਰਨ ਵਾਲੇ ਵੀ ਸਟੇਜ ਤੋਂ ਥੱਲੇ ਉੱਤਰ ਕੇ ਜਾਂ ਸਤਸੰਗਤ ਚੋਂ ਬਾਹਰ ਜਾ ਕੇ ਕਰੂਰ ਬੋਲਦੇ ਹਾਂ, ਕਰੂਰ ਸਖਤ ਬੋਲਦੇ ਹਾਂ, ਆਖੋ ਵਾਹਿਗੁਰੂ ਵਾਹਿਗੁਰੂ। ਸਾਡੀ ਕੋਈ ਨਿੱਜੀ ਜ਼ਿੰਦਗੀ 'ਚ ਝਾਕ ਕੇ ਵੇਖੇ, ਸੱਚੀ ਮੁੱਚੀ ਜਿਹੜਾ ਬੂਟਾ ਹਰਿਆ ਹੈ ਨਾ, ਉਹਦੀ ਇੱਕ ਨਿਸ਼ਾਨੀ ਹੁੰਦੀ, ਉਹਨੂੰ ਧਰਤੀ 'ਚੋਂ ਪੁੱਟ ਕੇ ਵੀ ਕਿਤੇ ਲੈ ਜਾਓ ਇੱਕ ਮਿੰਟ ਲਈ, ਉਹ ਕੁਝ ਦਿਨ ਤੱਕ ਇੱਥੇ ਕੀ ਨਿਸ਼ਾਨੀ ਆ, ਇੱਥੇ ਕੀ ਕਹਾਣੀ ਆ, ਇੱਥੇ ਤਾਂ ਹਰਿਆ ਹੈ, ਗੇਟ ਤੋਂ ਬਾਹਰ ਹੋ ਕੇ ਕੀ ਹੋਇਆ, ਹਾਜ਼ਰ ਹੋ ਜੀ, ਗੇਟ ਤੋਂ ਬਾਹਰ ਕੀ ਹੋਇਆ, ਨਹੀਂ ਨਹੀਂ ਕਿੰਨੇ ਕਿਹਾ ਸੋ ਗਿਆ, ਕੀ ਨਿਸ਼ਾ ਕੀ ਆ ਜੀ ਕਹਾਣੀ, ਇੱਥੇ ਤਾਂ ਚੰਗਾ ਭਲਾ ਗੁਰਮੁਖ ਬਣ ਕੇ ਵਾਹਿਗੁਰੂ 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 ਕਰ ਰਿਹਾ ਸੀ, ਉੱਥੇ ਪੈਰ 'ਤੇ ਪੈਰ ਕਿਸੇ ਦਾ ਹੋਇਆ, ਕਿੱਧਰ ਗਿਆ ਉਹ ਰਸ, ਕਿੱਧਰ ਗਿਆ। ਇੱਥੋਂ ਪਤਾ ਲੱਗਾ
ਇਹਨੇ ਮੰਨਿਆ ਸੀ ਮੈਂ ਹਰਿਆ ਭਰਿਆ ਸੀ ਨਹੀਂ, ਇਹਦੀ ਸੁਰਤ ਸ਼ਬਦ ਵਿੱਚ ਕਿਤੇ ਜੁੜੀ ਨਹੀਂ ਸੀ, ਨਹੀਂ ਪਤਾ ਲੱਗਾ। ਕੋਈ ਸਿਰ ਵਿੱਚ ਰੇਤ ਪਾਉਂਦਾ ਸੀ ਜਿਹੜਾ ਹਰਿਆ ਸੀ ਨਾ ਸਿਰ ਵਿੱਚ, ਅਤੇ ਉਹ ਕਹਿੰਦਾ ਸੀ ਸਾੜ ਦੇਣਾ ਹੈ, ਕਹਿੰਦਾ ਨਹੀਂ ਬਹੁਤ ਜ਼ਿਆਦਾ ਅੰਦਰ ਅੰਮ੍ਰਿਤ ਆ, ਤੇਰੀ ਰੇਤ ਮੇਰੇ ਅੰਦਰਲੇ ਅੰਮ੍ਰਿਤ ਨੂੰ ਸਾੜ ਨਹੀਂ ਸਕਦੀ, ਤੂੰ ਇਹ ਵੀ ਕਰਕੇ ਵੇਖ ਲਾ। ਤੱਤੀ ਤਵੀ 'ਤੇ ਬਹਾਉਣਾ ਹੈ, ਉਹਨੇ ਤੂੰ ਇਹ ਵੀ ਕਰਕੇ ਵੇਖ ਲਾ, ਅੰਦਰ ਦੇ ਅੰਮ੍ਰਿਤ ਨੂੰ ਤੇਰੀ ਤੱਤੀ ਤਵੀ 'ਤੇ ਰੇਤ ਸਾੜ ਨਹੀਂ ਸਕਦੇ, ਸਮਝ ਲਿਆ ਜੇ ਗੁਰੂ ਕੇ ਸਿੱਖੋ। ਇੱਥੋਂ ਉੱਠ ਕੇ ਬਾਹਰ ਜਾ ਕੇ ਸਾਡੇ ਸੁਭਾਅ ਨੂੰ ਕੀ ਹੁੰਦਾ ਹੈ, ਇੱਥੋਂ ਪਤਾ ਲੱਗਾ ਤਾਰ ਕਿਤੇ ਜੁੜੀ ਨਹੀਂ। ਆਖੋ ਵਾਹਿਗੁਰੂ ਵਾਹਿਗੁਰੂ, ਗੱਜ ਕੇ ਬੋਲੋ ਨਾ ਵਾਹਿਗੁਰੂ। ਜੀਵਨ ਉਹਦੇ ਕੋਲ ਆ ਜਿਹਦੀ ਜੜ ਜੁੜੀ। ਦੋ ਤਰ੍ਹਾਂ ਦੀ ਧਰਤੀ ਹੈ, ਧਿਆਨ ਦਿਓ, ਦੋ ਤਰ੍ਹਾਂ ਦੀ ਧਰਤੀ ਹੈ, ਅਤੇ ਦੋਵਾਂ ਨੂੰ ਗੁਰਬਾਣੀ 'ਚ ਧਰਤੀ ਕਿਹਾ ਹੈ। ਇੱਕ ਆਹ ਧਰਤੀ ਜਿਹਦੇ ਵਿੱਚ ਬੂਟੇ ਉੱਗਦੇ ਨੇ, ਆਖੋ ਵਾਹਿਗੁਰੂ ਵਾਹਿਗੁਰੂ। ਇੱਕ ਆਹ ਧਰਤੀ ਸਰੀਰ ਦੀ ਜਿਹਦੇ ਵਿੱਚ ਕਰਮ ਉੱਗਦੇ ਨੇ, ਕਰਮ ਬੋਲੋ ਕੀ ਉੱਗਦੇ, ਕਰਮ, ਉੱਚੀ ਤਰ੍ਹਾਂ ਸਮਝ ਕੇ ਬੋਲੋ। ਇਸ ਧਰਤੀ ਵਿੱਚ ਕੀ ਉੱਗਦੇ, ਕਰਮ ਉੱਗਦੇ, ਬੰਦੇ ਦੇ ਕਰਮ ਉੱਗਦੇ, ਕਰਮ ਧਰਤੀ ਸਰੀਰ ਯੁੱਗ ਅੰਤਰ ਜੋ ਬੋਵੇ ਸੁਖਾਤ, ਕਰਮ ਭੂਮੈ ਬੋਵੋ ਨਾਮ, ਕਰਮ ਭੂਮੀ ਇਹ ਕਰਮਾਂ ਦੀ ਭੂਮੀ। ਅਤੇ ਸੱਚਮੁੱਚੀ ਬੂਟੇ ਉਹ ਹਰੇ ਰਹਿਣੇ, ਜਿਸ ਤਰ੍ਹਾਂ ਇੱਕ ਬੂਟਾ ਧਰਤੀ ਦੇ ਵਿੱਚ ਲੱਗਾ ਹੈ ਉਹਨੂੰ ਕੁੱਤੋਂ ਮਰੁੰਡ ਵੀ ਦਿੰਦਾ ਹੈ, ਆਖੋ ਵਾਹਿਗੁਰੂ ਵਾਹਿਗੁਰੂ। ਕੁੱਤੋਂ ਕੋਈ ਪਸ਼ੂ ਫੜ ਕੇ ਉਹਦੇ ਪੱਤੇ, ਕੋਈ ਪਸ਼ੂ ਫੜ ਕੇ ਉਹਦੇ ਪੱਤੇ ਚਾਰ ਖਾ ਵੀ ਲੈਂਦਾ ਹੈ, ਸੱਚਮੁੱਚੀ ਉਹ ਘਬਰਾਉਂਦਾ ਨਹੀਂ। ਕੀ ਕਹਿੰਦਾ, ਆਖੋ ਵਾਹਿਗੁਰੂ ਵਾਹਿਗੁਰੂ। ਉਹ ਬੂਟਾ ਘਬਰਾਉਂਦਾ ਨਹੀਂ, ਕਿਉਂ? ਲੋਕੀ ਲੋਕੀ ਬੜਾ ਕਹਿੰਦੇ ਹੈ ਤੇਰੇ ਪੱਤੇ ਖਾ ਲੈ, ਹੈ ਤੇਰੇ ਪੱਤੇ ਖਾ ਲੈ। ਕਹਿੰਦਾ ਜਿਹਦੇ ਨਾਲ ਮੈਂ ਜੁੜਿਆ ਉਹ ਬੜਾ ਪਰਉਪਕਾਰੀ ਆ। ਹਾਜ਼ਰ ਹੋ ਜੀ, ਜਿਹਦੇ ਨਾਲ ਮੈਂ ਜੁੜਿਆ ਹੋਰ ਪੱਤੇ ਦੇ ਦਿਉ। ਦੁਖਾਂਤ ਕਿਤੇ ਇਹ ਨਾ ਹੋ ਜਾਏ ਵੀ ਬੰਦੇ ਦੀ ਜੜ ਧਰਤੀ ਤੋਂ ਵੱਖਰੀ ਹੋ ਜਾਏ। ਜਿਸ ਤਰ੍ਹਾਂ ਇੱਕ ਬੰਦੇ ਦੀ ਬੂਟੇ ਦੀ ਧਰਤੀ ਤੋਂ ਜੜ ਪਰੇ ਹੋ ਜਾਏ ਤਾਂ ਫਿਰ ਸੁੱਕਦਾ ਹੈ, ਇਸ ਤਰ੍ਹਾਂ ਹੀ ਜਿਸ ਸਿੱਖ ਦੀ ਸ਼ਬਦ ਵਿੱਚੋਂ ਸੁਰਤ ਪਰੇ ਹੋ ਜਾਏ ਸੁੱਕ ਜਾਂਦਾ ਹੈ, ਅੜ ਜਾਂਦਾ ਹੈ। ਕੋਸ਼ਿਸ਼ ਕਰੋ ਦੁਕਾਨ 'ਤੇ ਵੀ ਬੈਠੇ ਹੋ ਅਤੇ ਸੁਰਤ ਸ਼ਬਦ ਵਿੱਚ ਰਵੇ, ਸੁਰਤ ਸ਼ਬਦ, ਫਿਰ ਬੋਲੋ ਸ਼ਬਦ, ਸੁਰਤ ਸ਼ਬਦ, ਫਿਰ ਨਹੀਂ ਸੁੱਕੋਗੇ। ਹੁਣ ਤੁਸੀਂ ਦੱਸੋ, ਇੱਕ ਮਿੰਟ ਲਈ ਸਤਸੰਗਤ ਵਿੱਚ ਆਉਂਦੇ ਹੋ, ਘੰਟਾ ਚਲੋ ਆਇਆ ਅਤੇ ਦੋ ਘੰਟਾ ਆਏ, ਤਿੰਨ ਘੰਟੇ, ਚਾਰ ਘੰਟੇ, ਦੂਸਰੇ 20 ਘੰਟੇ ਤੁਸੀਂ ਧਰਤੀ ਤੋਂ ਬੂਟੇ ਨੂੰ ਦੂਰ ਰੱਖੋਗੇ ਅਤੇ 4 ਘੰਟੇ ਧਰਤੀ 'ਚ ਕੱਢੋਗੇ। ਸੁਣ ਰਹੇ ਹੋ ਜੀ, ਪਕੜ ਰਹੇ ਹੋ? ਇੱਕ ਬੂਟੇ ਨੂੰ ਤੁਸੀਂ 4 ਘੰਟੇ ਧਰਤੀ 'ਚ ਕੱਢੋ ਅਤੇ 20 ਘੰਟੇ ਪੁੱਟ ਕੇ ਲੈ ਜਾਓ, ਹਰਿਆ ਭਰਿਆ ਰਹਿ ਜਾਓ। ਬੋਲੋ ਗੁਰੂ ਕੇ ਸਿੱਖ, ਤੁਸੀਂ ਹੁਣ 4 ਘੰਟੇ 'ਤੇ ਇੱਥੇ ਵਿਹ ਕੇ ਸਿਮਰਨ ਕਰ ਲਓ ਅਤੇ ਘਰ ਜਾ ਕੇ ਸਮਾਜ ਦੇ ਵਿੱਚ ਫਿਰ ਤੁਸੀਂ TV ਦੇਖੋ, ਫੇਸਬੁੱਕ ਦੇਖੋ, ਨਿੰਦਾ ਕਰੋ, ਚੁਗਲੀ ਕਰੋ ਆਪਣੀ ਸੁਰਤ ਨੂੰ,
ਸ਼ਬਦ ਤੋਂ ਦੂਰ ਕਰ ਲਓ, ਹਰੀ ਭਰੀ ਰਹਿ ਜੂ ਬੋਲੋ ਤੁਸੀਂ। ਤਾਂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਤਰਲਾ ਪਾਇਆ ਸੀ, ਵਿਸਰ ਨਹੀਂ ਦਤਾਰ, ਆਪਣਾ ਨਾਮ ਦਿਓ। ਇੱਕ ਘੰਟਾ ਨਹੀਂ, ਦੋ ਘੰਟੇ ਨਹੀਂ, ਤਿੰਨ ਘੰਟੇ ਨਹੀਂ, ਚਾਰ ਘੰਟੇ ਨਹੀਂ, ਪੰਜ ਘੰਟੇ ਨਹੀਂ, ਛੇ ਘੰਟੇ ਨਹੀਂ, ਗੁਣ ਗਾਵਾਂ ਦਿਨ ਰਾਤ ਦਾ ਨਸ਼ਾ ਚੜਾ ਦੇ। ਵਾਹਿਗੁਰੂ 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 ਮੂੰਹ ਤੋਂ ਕਹੋ ਤੇ ਕੰਨਾਂ ਤੋਂ ਸੁਣੋ। ਵਾਹਿਗੁਰੂ 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 ਵਾਹਿਗੁਰੂ। ਕੋਈ ਭੈਣ ਕੋਈ ਵੀਰ ਬਣ ਜਾਂਦਾ ਹੈ। ਸ਼ਬਦ ਨੇ ਗੁਰਪੁਰਬ ਅਸੀਂ ਮਨਾਉਣ ਲੱਗੇ ਹਾਂ। ਅੱਖ ਵਾਹਿਗੁਰੂ ਵਾਹਿਗੁਰੂ। ਇਹ ਸਾਰਾ ਸਮਾਗਮ ਅੱਜ ਦਾ ਵੀ ਜਿਹੜਾ ਰੋਜ਼ ਚੱਲ ਰਿਹਾ ਉਹ ਵੀ ਧੰਨ ਗੁਰੂ ਨਾਨਕ ਸਾਹਿਬ ਦੇ ਪੁਰਬ ਨੂੰ ਸਮਰਪਿਤ ਆ। ਦੋ ਅਕਸ਼ਰ ਨੇ, ਇੱਕ ਗੁਰਪੁਰਖ ਇੱਕ ਗੁਰਪੁਰਬ। ਗੁਰਪੁਰਬ ਤੁਸੀਂ ਹਰ ਸਾਲ ਮਨਾਉਂਦੇ ਹੋ। ਅੱਖ ਵਾਹਿਗੁਰੂ ਵਾਹਿਗੁਰੂ। ਗੁਰਪੁਰਖ ਨੂੰ ਕਿੱਦਣ ਮਨਾਇਆ? ਮੈਂ ਆਪਣੇ ਕੋਲੋਂ ਨਹੀਂ ਕਹਿੰਦਾ, ਗੁਰਬਾਣੀ 'ਚ ਲਿਖਿਆ। ਕਿਹੜੇ ਕਿਹੜੇ ਸ਼ਬਦ ਬੋਲੇ ਮੈਨੂੰ ਜ਼ਰਾ ਦੱਸੋਗੇ? ਭਾਈ ਗੁਰਦਾਸ ਜੀ ਨੇ ਐਸਾ ਜ਼ਿਕਰ ਕੀਤਾ ਹੈ ਵੀ ਭਾਏ ਭਗਤ ਗੁਰਪੁਰਬ ਕਰਨ ਦੇ। ਇੱਕ ਅੰਗ ਤੋਂ ਲੈ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ 1430 ਅੰਗਾਂ ਤੱਕ ਇੱਕ ਥਾਂ 'ਤੇ ਗੁਰਪੁਰਬ ਨਾਮ ਦਾ ਸ਼ਬਦ ਨਹੀਂ ਆਇਆ। ਭਾਈ ਗੁਰਦਾਸ ਜੀ ਨੇ ਲਿਖਿਆ, ਹਾਜ਼ਰ ਹੋ? ਇੱਥੇ ਲਿਖਿਆ ਗੁਰਪੁਰਖ ਮਨਾਵੇ ਆਪਣਾ। ਬੋਲੋ ਹਾਂ, ਜਿਹਨੂੰ ਜਿਹਨੂੰ ਬਾਣੀ ਆਉਂਦੀ। ਮਰਦ ਬਣ ਕੇ ਸਮਝ ਕੇ ਪੀ ਕੇ ਸ਼ਬਦ ਨੂੰ, ਪੀ ਕੇ ਚੰਗੀ ਤਰ੍ਹਾਂ ਪੀ ਕੇ ਵੀ ਦੁਨੀਆਂ ਦੇ ਲੋਕੋ ਗੁਰਪੁਰਬ ਮਨਾਉਂਦੇ ਹੋ, ਉਹਦੇ ਮਨਾਉਣ ਦੇ ਵੇ ਨੇ, ਲੰਗਰ ਲਾਉਣੇ, ਟੈਂਟ ਲਾਉਣੇ। ਆ ਇੱਕ ਹੋਰ ਐਰਕਾਂ ਗੁਰੂ ਰਾਮਦਾਸ ਦੇ ਪੁਰਬ 'ਤੇ ਹੋਇਆ, ਦੁਨੀਆਂ ਭਰ ਦੇ ਫੁੱਲ ਲਿਆ ਕੇ ਉੱਥੇ ਤੁਸਾਂ ਫਿੱਟ ਕਰਦੇ।
ਤੋੜਿਆ ਵੀ ਕਦੀ ਪੁਰਬ ਮਨਾਏ ਨੇ? ਵਾਹਿਗੁਰੂ ਕਿਸੇ ਨੂੰ ਤੋੜ ਕੇ ਵੀ ਕਦੀ ਪੁਰਬ ਮਨਾਏ ਜਾਂਦੇ ਨੇ? ਤੁਹਾਡੇ ਨਾਲੋਂ ਭਾਈ ਵੀਰ ਸਿੰਘ ਸਾਹਿਬ ਬਹੁਤ ਸਿਆਣੇ ਸੀ ਜਿਹੜੇ ਕਹਿੰਦੇ ਟਾਹਣੀ ਨਾਲੋਂ ਤੋੜ ਨਾ ਸਨ। ਪਤਾ ਨਹੀਂ ਹਾਲੀ ਕਿੰਨੇ ਭੌਰੇ ਰੱਜਣੇ ਨੇ, ਪਤਾ ਲੱਗ ਰਿਹਾ ਜੀ ਕਿੰਨੇ ਕਿੰਨਿਆਂ ਨੇ ਰਸ ਪੀਣਾ ਹੈ, ਕਿੰਨਿਆਂ ਨੇ ਆਨੰਦ ਮਾਨਣਾ ਹੈ, ਕਿੰਨਿਆਂ ਨੇ ਮੇਰੀ ਤਰੋ ਤਾਜ਼ਗੀ ਨੂੰ ਵੇਖਣਾ ਹੈ। ਮਗਰ ਤੁਸੀਂ ਕੁਇੰਟਲਾਂ ਦੇ ਹਿਸਾਬ ਨਾਲ ਫੁੱਲ ਤੋੜੇ ਟਾਹਣੀ ਨਾਲੋਂ, ਅਤੇ ਆਖਿਆ ਜੀ ਅਸੀਂ ਗੁਰਪੁਰਬ ਮਨਾਉਣ ਲੱਗੇ ਹਾਂ। ਪੁੱਛਣ ਵਾਲਾ ਕੋਈ ਨਹੀਂ, ਆਖੋ ਵਾਹਿਗੁਰੂ। ਦਿਵਾਲੀ ਆਉਣੀ ਆ ਥੋੜ੍ਹੇ ਦਿਨਾਂ ਨੂੰ, ਮੇਰੇ ਗੁਰੂ ਨਾਨਕ ਸਾਹਿਬ ਦਾ ਪੁਰਬ ਹੈ ਜਿਹੜਾ ਵਾਤਾਵਰਨ ਦਾ ਪ੍ਰੇਮੀ ਸੀ। ਪਹਿਲਾਂ ਪਾਣੀ ਜੀਉ ਹੈ ਜਿੱਤ ਹਰਿਆ ਸਭ ਤੋਂ, ਪੌਣ ਗੁਰੂ ਪਾਣੀ ਪਿਤਾ, ਸਿੱਧਾ ਹੋ ਕੇ ਬਹਿ ਪੁੱਤ ਅਨਿਲ, ਪੌਣ ਗੁਰੂ ਪਾਣੀ ਪਿਤਾ। ਜਿਸ ਪੌਣ ਗੁਰੂ ਦੇ ਵਿੱਚ ਤੁਸੀਂ ਹੁਣ ਗੈਰ ਘੋਲਣਾ ਹੈ ਬਰੂਦ ਦਾ, ਪਕੜ ਰਹੇ ਹੋ ਜੀ? ਕਾਹਦਾ ਕਿਹਦਾ, ਕਾਹਦੇ ਨਾਲ ਭਲਾ? ਪਟਾਕੇ ਚਲਾ ਕੇ ਕਿਸ ਗੁਰੂ ਦੀ ਸੀਸ ਲੈ ਲਓਗੇ? ਉਹ ਤਾਂ ਕਹਿੰਦਾ ਸੀ ਪੌਣ ਗੁਰੂ ਆ, ਜਿਹਦੇ ਵਿੱਚ ਤੁਸੀਂ ਪਹਿਲਾਂ ਹੀ ਪੋਲਿਊਸ਼ਨ ਬਹੁਤ ਆ, ਬਾਸਪਤੀਆਂ ਦਾ ਹੀ ਬਹੁਤ ਆ। ਅੱਖ ਵਾਹਿਗੁਰੂ, ਮਗਰ ਇਹਨਾਂ ਮੰਨਣਾ ਨਹੀਂ, ਇਹਨਾਂ ਕਹਿਣਾ ਜੀ ਗੁਰਪੁਰਬ ਮਨਾ ਰਹੇ ਹਾਂ। ਇਹਨਾਂ ਨੂੰ ਪੁੱਛੋ ਫੁੱਲ ਤੋੜਨ ਲੱਗੇ ਹੋ, ਪਟਾਕੇ ਚਲਾਉਣ ਲੱਗੇ ਹੋ, ਆਤਿਸ਼ਬਾਜ਼ੀ ਕਰਨ ਲੱਗੇ ਹੋ, ਅੱਖ ਵਾਹਿਗੁਰੂ ਇਹਨੂੰ ਪੁੱਛ ਲਿਆ ਜੇ ਵੀ ਪਿਤਾ ਜੀ ਪਟਾਕੇ ਚਲਾਉਣ ਨਾਲ, ਫੁੱਲ ਤੋੜ ਕੇ ਫਿੱਟ ਕਰਨ ਦੇ ਨਾਲ, ਸਾਰੀਆਂ ਪ੍ਰਕਰਮਾਂ ਦੇ ਵਿੱਚ ਤੁਸੀਂ ਸੋਹਣੇ ਹੋ ਗਏ ਹੋ, ਤੁਸੀਂ ਫੁੱਲਾਂ ਨਾਲ ਸੋਹਣੇ ਲੱਗਦੇ ਹੋ, ਅੱਖ ਵਾਹਿਗੁਰੂ, ਤੁਸੀਂ ਅਸਤਬਾਜ਼ੀ ਨਾਲ ਸੋਹਣੇ ਲੱਗਦੇ ਹੋ। ਜਵਾਬ ਆਇਆ ਸੋਹਣੇ ਨੂੰ ਸਜਾਵਟ ਦੀ ਜ਼ਰੂਰਤ ਨਹੀਂ ਹੁੰਦੀ, ਕਿ ਸਾਹਿਬ ਦਿਮਾਗ ਹੈ ਕਿ ਹੁਸਨਲ, ਜਿਹੜਾ ਹੁਸਨ ਦਾ ਚਿਰਾਗ ਪਹਿਲੋਂ ਹੀ ਆ, ਜਿਹੜਾ ਸਾਰੀ ਕਾਇਨਾਤ ਤੋਂ ਪਹਿਲੋਂ ਹੀ ਸੋਹਣਾ ਹੈ। ਸੋਨਾ ਕੌਣ ਪਾਉਂਦਾ ਹੈ? ਅੱਖ ਵਾਹਿਗੁਰੂ। ਸੋਨਾ ਕੌਣ ਪਾਉਂਦਾ? ਜਿਹੜਾ ਕਰੂਪ ਹੋਵੇ, ਹਾਜ਼ਰ ਹੋ ਪੁੱਤ, ਸੋਨਾ ਕੰਨਾਂ ਵਿੱਚ ਤੇ ਗਲ ਵਿੱਚ ਕੌਣ ਪਾਉਂਦਾ? ਜਿਹੜਾ ਕਰੂਪ ਹੋਵੇ। ਕਿਉਂ ਪਾਉਂਦਾ ਭਲਾ? ਵੀ ਮੇਰੀ ਕਰੂਪਤਾ ਟੱਕੀ ਜਾਵੇ ਤੇ ਲੋਕ ਮੇਰੀ ਕਰੂਪਤਾ ਨਾ ਵੇਖਣ, ਸੋਨਾ ਵੇਖ ਕੇ ਆਖਣ ਆਹ ਬੜਾ ਸੋਹਣਾ ਲੱਗ ਰਿਹਾ। ਜਿਹੜਾ ਇਹ ਹੈ ਹੀ ਸੋਹਣਾ, ਇਹਨੂੰ ਤੁਸੀਂ ਫੁੱਲਾਂ ਨਾਲ ਸੋਹਣਾ ਕਰ ਰਹੇ ਹੋ। ਆਓ ਮਨਾਈਏ ਉਹਨੂੰ ਜਿਹੜਾ ਸੱਚੀ ਮੁੱਚੀ ਜਾਵੇ ਗਹਿਣ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਜਦੋਂ ਕੋਈ ਰੁੱਸ ਜਾਵੇ ਨਾ ਜੀ, ਜਦੋਂ ਕੋਈ ਕਿਸੇ ਨਾਲ, ਤੇ ਉਹ ਇਹ ਬੋਲ ਬੋਲਦਾ ਮੈਂ ਤੇ ਇਹਦਾ ਵਿਸ਼ਵਾਸ ਹੀ ਨਹੀਂ ਕਰਦਾ, ਕਹਿੰਦਾ ਤੇ ਤੁਸੀਂ ਤੇ ਮੈਂ ਸਾਰੇ ਸਮਾਜ ਨੇ ਸਿੱਖ ਨੇ ਉਹ ਕਰਮ ਕਰਨੇ ਸ਼ੁਰੂ ਕਰ ਦਿੱਤੇ ਜਿਹੜੇ ਵਿਪਰਾਂ ਵਾਲੇ ਨੇ। ਆਖੋ ਵਾਹਿਗੁਰੂ। ਕਿੰਨਾਂ ਵਾਲੇ ਇੱਕ ਵਾਰ ਬੋਲੋ ਤੁਸੀਂ? ਵਿਪਰਾਂ ਵਾਲੇ, ਵਿਪਰਾਂ ਵਾਲੇ ਤੇ ਪੰਡਤਾਂ ਵਾਲੇ। ਕਿਹੜਾ ਕਰਮ ਆ ਜਿਹੜਾ ਹੁਣ ਸਿੱਖਾਂ ਦੇ ਘਰ 'ਚ ਗੁਰਦੁਆਰਿਆਂ ਦੇ ਵਿੱਚ ਮੰਨਦਾ, ਇੱਥੇ ਸਾਰੀਆਂ ਸਤਸੰਗਤਾਂ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਵੀ ਹੁੰਦਾ ਹੈ ਜਿਹੜਾ ਵਿਪਰਾਂ ਵਾਲਾ ਕਰਮ ਹੁੰਦਾ, ਅਤੇ ਉਹਨੇ ਕਹਿ ਦਿੱਤਾ ਮੈਂ ਉਦਨ ਤੋਂ ਤੇਰੇ ਨਾਲ ਮੇਰਾ ਤੇਰਾ ਕੋਈ ਰਿਸ਼ਤਾ ਨਹੀਂ, ਜਿੱਦਣ ਤੋਂ ਜਾਵੇ ਗਹੇ ਮੈਂ ਨਾ ਕਰੂੰ ਇਨਕੀ ਪ੍ਰਤੀਤ। ਤੇ ਪੁੱਛ ਲਓ ਮੇਰੀ ਸਰਕਾਰ ਨੂੰ ਵੀ ਪਿਤਾ ਜੀ ਜੇ ਤੁਸੀਂ ਤੁਸੀਂ ਰੁੱਸ ਗਏ ਹੋ ਮੇਰੇ ਨਾਲ, ਤੁਸੀਂ ਇੱਥੋਂ ਤੱਕ ਕਹਿ ਦਿੱਤਾ ਵੀ ਮੈਂ
ਖੁੱਲੇ ਦਾੜੇ ਵਾਲਾ ਹੋਵੇ, ਗੋਲ ਦੁਮਾਲੇ ਵਾਲਾ ਹੋਵੇ, ਕਿਰਪਾਨ ਉੱਤੋਂ ਦੀ ਹੋਵੇ, ਕੜਾ ਸਰਬਲੋ ਦਾ ਹੋਵੇ, ਸਿਰ ਵਿੱਚ ਕੰਘਾ ਹੋਵੇ, ਕਛਹਿਰਾ ਹੋਵੇ, ਮੈਂ ਇਹਦਾ ਵਿਸ਼ਵਾਸ ਕਰਨਾ ਹੀ ਨਹੀਂ। ਵਾਹਿਗੁਰੂ ਕਿਉਂ ਨਹੀਂ ਕਰਨਾ? ਕਿਉਂਕਿ ਇਹ ਵਿਪਰਾਂ ਦੀ ਰੀਤ ਚਲੇ ਗਿਆ। ਆਖੋ ਵਾਹਿਗੁਰੂ। ਇਹਦੇ ਘਰ ਵਿੱਚ ਕੋਈ ਨਾ ਕੋਈ ਇਹਦੀ ਜ਼ਿੰਦਗੀ 'ਚ ਮੈਂ ਉਹ ਕਰਮ ਵੇਖੇ ਨੇ ਜਿਹੜੇ ਵਿਪਰ ਦੀ ਰੀਤ ਵਾਲੇ ਕਰਮ ਨੇ, ਮੈਂ ਨਹੀਂ ਵਿਸ਼ਵਾਸ ਕਰਦਾ। ਅਤੇ ਫਿਰ ਪੁੱਛੀਏ ਮਹਾਰਾਜ ਤੁਸੀਂ ਮੰਨਦੇ ਕਿਸ ਤਰ੍ਹਾਂ ਜੇ? ਅੱਖ ਵਾਹਿਗੁਰੂ। ਗੁਰਪੁਰਖ ਮਨਾਵੇ ਆਪਣਾ ਗੁਰ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਗੁਰਪੁਰਖ ਮਨਾਵੇ ਆਪਣਾ। ਆਖਿਆ ਜੀ ਕਿਸ ਤਰ੍ਹਾਂ? ਗੁਰਮਤੀ ਹਰ ਹਰ ਬੋਲੇ, ਗੁਰਮਤੀ ਗੁਰੂ ਦੀ ਮੱਤ ਨਾਲ ਵਾਹਿਗੁਰੂ 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 ਵਾਹਿਗੁਰੂ। ਉਹਨਾਂ ਉਤਸ਼ਾਹ ਨਾਲ ਨਹੀਂ ਬੋਲੇ, ਵਾਹਿਗੁਰੂ 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 ਦਿਓ। ਇੱਕ ਦਿਨ ਆਉਂਦਾ, ਮੈਨੂੰ ਇਹ ਨਹੀਂ ਪਤਾ ਉਹ ਕਿਹੜਾ ਦਿਨ ਹੁੰਦਾ, 26 ਜਨਵਰੀ ਸ਼ਾਇਦ ਹੁੰਦਾ। ਸੰਵਿਧਾਨ ਦਾ ਦਿਨ ਮਨਾਉਂਦੇ 26 ਜਨਵਰੀ? ਦਿਨ ਮਨਾਉਣਾ ਹੈ ਤੇਰਾ, ਸੰਵਿਧਾਨ ਨੂੰ ਕਹਿੰਦੇ, ਮਗਰ ਤੈਨੂੰ ਬੋਲੋ ਜੀ ਪਕੜ 'ਚ ਆ ਗਿਆ ਹੁਣ ਮੇਰੀ ਗੱਲ, ਵੀ ਤੇਰਾ ਅਸੀਂ ਪੁਰਬ ਤੇ ਮਨਾਉਣੇ ਮਗਰ ਤੇਰੀ ਗੱਲ ਨਹੀਂ ਮੰਨਣੀ। ਪ੍ਰਭ ਕੋ ਸਿਮਰੇ ਸਿਮੁਖ, ਪ੍ਰਭ ਕੋ ਸਿਮਰੈ ਤਿੰਨ ਸੂਖ, ਪ੍ਰਭ ਕੋ ਸਿਮਰੈ ਤਿੰਨ ਆਤਮ, ਪ੍ਰਭ ਕੋ ਸਿਮਰੈ ਤਿੰਨ ਨਿਰਮਲ, ਪ੍ਰਭ ਕੋ ਸਿਮਰੈ ਤਿੰਨ ਆਨੰਦ। ਆਖੋ ਨਾ ਗੁਰੂ ਕੇ ਸਿੱਖੋ, ਜਿਹੜਾ ਪਰਮੇਸ਼ੁਰ ਦਾ ਸਿਮਰਨ ਕਰਦਾ ਉਹਨੂੰ ਇੱਕ ਸੁੱਖ ਨਹੀਂ ਘਨੇਰੇ ਸੁੱਖ ਮਿਲਦੇ। ਪ੍ਰਭ ਕੋ ਸਿਮਰੈ ਬਸੇ ਹਰ ਸੰਤ ਕਿਰਪਾ ਤੇ। ਸੰਤ ਮੀਨਜ ਗੁਰੂ ਜੇ, ਇੱਕ ਵਾਰ ਬੋਲੋ ਕਿ ਭਲਾ ਨਹੀਂ, ਮੈਂ ਅਜੇ ਇਹ ਪੁੱਛਦਾ ਵੀ ਸੰਤ ਮੀਨਜ ਕੀ ਆ? ਗੁਰੂ ਜੀ। ਫਿਰ ਖੁੱਲ ਕੇ ਬੋਲੋ, ਗੁਰੂ। ਸੰਤ ਕਿਰਪਾ ਤੇ ਅਨਦਨ ਜਾਗ, ਉਹ ਭਲਿਆ ਪੁਰਸ਼ਾ ਨਾਨਕ ਸਿਮਰਨ, ਨਾਨਕ ਸਿਮਰਨ। ਵਾਹਿਗੁਰੂ 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 ਵਾਹਿਗੁਰੂ। ਥੱਲੇ ਤੱਕ
ਖੜਾ ਹਾਂ ਗੁਰੂ ਘਰਾਂ ਸ਼ਬਦ ਗੁਰੂ 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 ਨਵੀਂ ਤੱਕ ਲਾਗੇ ਢਿੱਲੀ ਛੱਡੋ ਸਤਾ ਤੱਕ ਜਾਵੇ ਗੁਰੂ 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 ਸੰਤ ਕਿਰਪਾ ਤੇ ਸੰਤ ਮੀਂਡ ਇੱਕ ਵਾਰ ਫਿਰ ਦੱਸੋ ਦੋ ਬੋਲੋਗੇ ਇੱਕ ਨੇ ਕਿਹਾ ਸ਼ਬਦ ਇੱਕ ਨੇ ਕਿਹਾ ਗੁਰੂ ਮਤਲਬ ਇੱਕੋ ਹੀ ਹੈ ਮਗਰ ਸਾਰਿਆਂ ਦੀ ਆਵਾਜ਼ ਇੱਕ ਹੋਵੇ ਕੀ ਸੰਤ ਕਿਰਪਾ ਗੁਰੂ ਦੀ ਕਿਰਪਾ ਤੇ ਰੋਜ਼ ਜਾਗਿਆ ਕਰ ਜੱਜੇ ਨੂੰ ਕੰਨਾ ਗੱਗੇ ਨੂੰ ਸਿਆਰੀ ਆ ਰੋਜ਼ ਜਾਗਿਆ ਕਰ ਗੁਰੂ ਦੀ ਕਿਰਪਾ ਨਾਲ ਪੁੱਤਰਾ ਮੇਰਾ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਦੋ ਜਹਾਨ ਦਾ ਮਾਲਕ ਕਹਿੰਦਾ ਹੈ ਜਿਹੜਾ ਸਿਮਰਨ ਕਰਨਾ ਇਹ ਛੋਟੀ ਜਿਹੀ ਕਹਾਣੀ ਨਹੀਂ ਨਾਨਕ ਸਿਮਰਨ ਇਹ ਪੂਰੇ ਭਾਗਾਂ ਦੀ ਨਿਸ਼ਾਨੀ ਆ ਨਾਨਕ ਭਾਗੇ ਕਾ ਉਦੇ ਹੋਏ ਜਿਸ ਤਰ੍ਹਾਂ ਸੂਰਜ ਉਦੇ ਹੁੰਦਾ ਨਾ ਮੇਰਾ ਸਾਹਿਬ ਕਹਿੰਦਾ ਨਾਨਕ ਭਾਗੇ ਕਾ ਉਦੇ ਹੋਏ ਜਦੋਂ ਭਾਗ ਉਦੇ ਹੁੰਦੇ ਭਾਗ ਜਾਗਣ ਲੱਗਦੇ ਨੇ ਪ੍ਰਾਣੀ ਦੇ ਉਦੋਂ ਉਹਦੇ ਮੂੰਹ ਚੋਂ ਵਾਹਿਗੁਰੂ ਨਿਕਲਦਾ ਤੁਸੀਂ ਭਾਗਾਂ ਵਾਲੇ ਹੋ ਅੱਜ ਬੜੇ ਆਨੰਦਮਈ ਮਾਹੌਲ 'ਚ ਬੀਕੇ ਪਹਿਲਾਂ ਗੁਰਮੁੱਖਾਂ ਕੋਲੋਂ ਕੀਰਤਨ ਸੁਣਿਆ ਹੁਣ ਗੁਰਮੁੱਖ ਪਿਆਰੇ ਭਾਈ ਗੁਰਦੇਵ ਸੋਹਣੀ ਆ ਗਏ ਨੇ ਮੈਂ ਸ਼ਬਦ ਦੀ ਕਥਾ ਆਪ ਜੀ ਨਾਲ ਸਾਂਝੀ ਕਰ ਲਾਂ ਅਸੀਂ ਉਹ ਟਾਈਮ ਕਵਰ ਕਰ ਜਾਂਗੇ ਜਿਹੜਾ 10 ਮਿੰਟ ਉੱਤੇ ਲੈ ਗਏ 15 ਮਿੰਟ ਉੱਤੇ ਲੈ ਗਏ ਸੀ ਉਹਨਾਂ ਨੂੰ ਪੂਰੇ ਟਾਈਮ ਨਾਲ ਸਤਿਕਾਰਯੋਗ ਭਾਈ ਸਾਹਿਬ ਨੂੰ ਸਟੇਜ 'ਤੇ ਬਾਲੀਏ ਤਾਂ ਕਿ ਤੁਸੀਂ ਰਸ ਪੀ ਸਕੋ ਅੱਜ ਦੇ ਸ਼ਬਦ ਦੀ ਕਥਾ ਅੱਖੋ ਵਾਹਿਗੁਰੂ ਉੱਤੇ ਆ ਗਿਆ ਜੀ ਇੱਕੋ ਇੱਕ ਕਹਿ ਸਭ ਕੋਈ ਬੋਲੋ ਸਾਰੇ ਕਹਿੰਦੇ ਨੇ ਇੱਕ ਹੀ ਆ ਇੱਕ ਹੀ ਆ ਇੱਕ ਹੀ ਆ ਜੇ ਕਹਿੰਦੇ ਆ ਇੱਕ ਹੈ ਤੇ ਦਿਸਦਾ ਕਿਉਂ ਨਹੀਂ ਜੇ ਕਹਿੰਦੇ ਆ ਇਹ ਕਾਜੀ ਨੇ ਸਵਾਲ ਕੀਤਾ ਸੀ ਗੁਰੂ ਨਾਨਕ ਸਾਹਿਬ ਨੂੰ ਜਿਹੜੇ ਰੱਬ ਦਾ ਤੂੰ ਢੰਡੋਰਾ ਪੁੱਟਦਾ ਹੈ ਉਹ ਰੱਬ ਦਿਸਦਾ ਤੇ ਹੈ ਨਹੀਂ ਅੱਖ ਹੋਏਗਾ ਕੀ ਜਿਹੜੇ ਰੱਬ ਦਾ ਤੂੰ ਕਹਿੰਦਾ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਤੇ ਪੂਰਾ ਗੁਰੂ ਸੀ ਨਾ ਕਿਹੜਾ ਝੱਲੇ ਗੁਰੂ ਦੀ ਉਹਦੇ ਸਾਹਮਣੇ ਕੌਣ ਬਵੇ ਉਹਨੇ ਕਿਹਾ ਇਸ ਤਰ੍ਹਾਂ ਕਰ ਇੱਕ ਦੁੱਧ ਦਾ ਗੜਵਾ ਭਰ ਕੇ ਲਿਆ ਕਿਹਨੂੰ ਕਿਹਾ ਬੋਲੋ ਕਾਜੀ ਨੂੰ ਉਹ ਦੁੱਧ ਲੈ ਨਾਲ ਇਹ ਵੀ ਗੱਲ ਕਹੀ ਵੀ ਦੁੱਧ ਹੀ ਹੋਵੇ ਉਹਦੇ ਵਿੱਚ ਕੁਛ ਨਾ ਹੋਵੇ ਨਹੀਂ ਪਤਾ ਲੱਗਿਆ ਦੁੱਧ ਹੀ ਹੋਵੇ ਗੜਵਾ ਵੇਖਿਆ ਬਾਪੂ ਕਹਿੰਦਾ ਇਹਦੇ ਦੇ ਵਿੱਚ ਕੁਛ ਹੈਗਾ ਪਤਾ ਲੱਗ ਗਿਆ ਜੀ ਇਹਦੇ ਤੇ ਉਹ ਕਹਿੰਦਾ ਜੀ 1 ਮਿੰਟ ਦਿਓ ਫਿਰ ਮੈਂ ਦੂਸਰਾ ਗੜਵਾ ਭਰ ਕੇ ਲਿਆਉਣਾ ਜੇ ਇਹਦੇ ਵਿੱਚ ਤੁਹਾਨੂੰ ਕੁਝ ਦਿਸ ਰਿਹਾ ਹੈ ਤੇ ਮੈਂ ਦੂਸਰਾ ਫਿਰ ਲਿਆਉਂਦਾ
ਸਾਹਿਬ ਕਹਿੰਦੇ ਨਹੀਂ ਪੀਣਾ, ਇਹਦੇ ਵਿੱਚ ਕੁਛ ਦਿਸ ਰਿਹਾ ਹੈ। ਫਿਰ ਲਿਆਂਦਾ, ਤੀਸਰਾ ਲਿਆਂਦਾ। ਮਹਾਰਾਜ ਪਾਤਸ਼ਾਹ ਕਹਿੰਦੇ ਕਾਜੀ ਸਾਹਿਬ ਤੁਸੀਂ ਸਿਆਣੇ ਦਿਆਮ ਬਿਆਣੇ ਰੁਕਮਦੀਨ ਜੀ, ਤੁਹਾਨੂੰ ਦਿਸਦਾ ਨਹੀਂ ਇਹਦੇ ਵਿੱਚ ਕੁਝ ਹੈਗਾ ਹੈ। ਕਹਿੰਦਾ ਮਹਾਰਾਜ ਕੀ ਦਿਸਦਾ ਹੈ ਤੁਹਾਨੂੰ? ਕਹਿੰਦੇ ਮੈਨੂੰ ਇਹਦੇ ਵਿੱਚ ਮੱਖਣ ਦਿਸਦਾ ਹੈ। ਕੀ ਮੱਖਣ? ਬੋਲੋ ਨਾ ਗੁਰੂ, ਕਿਸ ਮੱਖਣ ਦਿਸਦਾ? ਮੈਨੂੰ ਤੇ ਦਿਸ ਨਹੀਂ ਰਿਹਾ। ਕਹਿੰਦੇ ਰਿੜਕਣਾ ਪੈਣਾ, ਇਹਨੂੰ ਜਾਗ ਲਾਉਣੀ ਪੈਣੀ। ਦੁੱਧ ਵਿੱਚ ਮੱਖਣ ਹੈਗਾ ਹੈ, ਮੱਖਣ ਵਿੱਚ ਘਿਓ ਹੈਗਾ ਹੈ, ਮਗਰ ਜੁਗਤੀ ਅਨੁਸਾਰ ਚੱਲਣਾ ਪੈਣਾ, ਮਿਲਦਾ ਜਾਊਗਾ। ਦੁੱਧ ਦੇ ਵਿੱਚ ਸਵਾਇਮਾਨ ਹੈ, ਇਸ ਤਰ੍ਹਾਂ ਹੀ ਹਰ ਪ੍ਰਾਣੀ ਦੇ ਵਿੱਚ ਰੱਬ ਸਵਾਇਮਾਨ ਹੈ, ਮਗਰ ਜੁਗਤੀ ਨਾਲ ਚੱਲਣਾ ਪੈਣਾ, ਮਿਲ ਜੂ। ਹੁਣ ਵੀ ਕਹਿੰਦੇ ਏਕੋ ਏਕ ਕਹੇ ਸਭ ਕੋਈ, ਸਾਰੇ ਲੋਕ ਕਹਿੰਦੇ ਇੱਕ ਹੀ ਆ ਜੀ, ਹਿੰਦੂ 'ਚ ਵੀ ਇੱਕ ਆ, ਮੁਸਲਮਾਨ 'ਚ ਵੀ ਇੱਕ ਆ, ਈਸਾਈ 'ਚ ਵੀ ਇੱਕ ਆ। ਤੁਸੀਂ ਹਿੰਦੂ ਦੇ ਕਿਸੇ ਵਿਦਵਾਨ ਨੂੰ ਸੁਣਨਾ, ਆਖੋ ਵਾਹਿਗੁਰੂ, ਵਾਹਿਗੁਰੂ, ਅੱਜ ਕੇ ਬੋਲੋ ਨਾ ਵਾਹਿਗੁਰੂ, ਇਤਨਾ ਕਰਕੇ ਬੈਠਾ। ਇਹ ਕੀ ਹੈ? ਉੱਧਰ ਮੁਸਲਮਾਨ ਦੇ ਵਿਦਵਾਨ ਨੂੰ ਪੁੱਛੋ, ਉਹ ਵੀ ਕਹਿੰਦਾ ਇਹ ਕੀ ਹੈ। ਇੱਧਰ ਸਾਡੇ ਨੂੰ ਪੁੱਛੋ ਇਹ ਕੀ ਹੈ, ਈਸਾਈ ਨੂੰ ਪੁੱਛੋ ਇਹ ਕੀ ਹੈ। ਕਿਉਂ ਮੱਝ ਢਾਉਂਦੇ ਜੇ ਫਿਰ ਕਿਸੇ ਦੀ? ਆਖੋ ਵਾਹਿਗੁਰੂ, ਜੇ ਇੱਕੋ ਹੀ ਆ ਤੇ ਇਕੱਠੇ ਹੋ ਕੇ ਮਾਹੌਲ ਦਾ ਮਾਹੌਲ ਇੱਕ ਬੰਦੇ ਨੂੰ ਕੁੱਟ ਕੁੱਟ ਕੇ ਕਿਉਂ ਮਾਰ ਦਿੰਦੇ ਹੋ? ਇੱਕ ਕਿੱਥੇ ਦਿਸਿਆ ਤੁਹਾਨੂੰ? ਸਭ ਝੂਠ ਬੋਲਦੇ, ਹੋਮੇ ਗਰਭ ਵਿਆਪੇ, ਹੋਮੇ ਦੇ ਗਰਭ ਵਿੱਚ ਇੱਕ ਰਸ ਬੰਦਾ ਡੁੱਬਿਆ ਪਿਆ ਏ, ਇਹ ਗੱਲ ਕਹਿ ਕੇ ਵੀ ਹੰਕਾਰ ਚ ਆ ਰਿਹਾ। ਵੇਖੋ ਲੋਕੋ, ਮੈਂ ਕਿੱਥੇ ਪਹੁੰਚ ਗਿਆ ਜਿੱਥੇ ਮੈਨੂੰ ਇੱਕ ਦਿਸਣ ਲੱਗ ਪਿਆ? ਨਹੀਂ ਪਤਾ ਲੱਗਾ ਕਿੱਥੇ ਚਲੇ ਗਿਆ, ਮੈਂ ਕਿੱਥੇ ਪਹੁੰਚ ਗਿਆ ਜਿੱਥੇ ਮੈਨੂੰ ਸਾਰਿਆਂ ਚ ਆ ਵੇਖ ਲੋ। ਇੱਕੋ ਏਕ ਕਹਿ ਸਭ ਕੋਈ, ਬੋਲੋ ਹਾਂ, ਦਿਸਦਾ ਤਾਂ ਨੀ ਹੋਮੈ ਗਰਭ ਵਿਆਪੇ, ਹੋਮੈ ਅੰਤਰ ਬਾਹਰ ਏਕ ਪਛਾਣ, ਇਉਂ ਘਰ ਮੈਲ ਸਿਆਪੇ। ਜਿਹੜਾ ਅੰਦਰ ਬਾਹਰ ਇੱਕ ਨੂੰ ਪਛਾਣ ਲੂਗਾ ਨਾ, ਉੱਥੇ ਪਛਾਣਨ ਦੀ ਗੱਲ ਕੀਤੀ, ਪਹਿਲੋਂ ਮੰਨਣ ਦੀ, ਫਿਰ ਜਾਣਨ ਦੀ, ਅਤੇ ਫਿਰ ਮੰਨ ਵੀ ਲਿਆ ਏ ਵੀ ਰੱਬ ਸਾਰਿਆਂ ਦੇ ਵਿੱਚ, ਜਾਣ ਵੀ ਲਿਆ ਏ ਵੀ ਰੱਬ ਹੈਗਾ ਏ, ਮਗਰ ਅਜੇ ਇਹ ਹਿੰਦੂ ਹੈ ਜੀ ਇਹਨੂੰ ਕੁੱਟ ਕੁੱਟ ਕੇ ਮਾਰ ਦਿਓ, ਆਖੋ ਵਾਹਿਗੁਰੂ, ਇਹ ਮੁਸਲਮਾਨ ਹੈ ਜੀ ਇਹਨੂੰ ਕੁੱਟ ਕੁੱਟ ਕੇ ਮਾਰ ਦਿਓ। ਮੈਂ ਤੇ ਮਨ ਵਿੱਚ ਵਿਚਾਰ ਆਉਂਦੀ, ਬਾਬਾ ਨਾਨਕਾ ਸ਼ਬਦ ਸਰੂਪ ਤੇ ਸਾਡੇ ਵਿੱਚ ਤੂੰ ਪ੍ਰਕਾਸ਼ਮਾਨ ਹੋ ਕੇ ਬੈਠਾ ਹੈ, ਅੱਜ ਤੇਰੀ ਫਿਜ਼ੀਕਲ ਵੀ ਜ਼ਰੂਰਤ ਹੈ, ਆਖੋ ਵਾਹਿਗੁਰੂ, ਸਰੀਰਕ ਤੌਰ 'ਤੇ ਵੀ ਅੱਜ ਤੂੰ ਹੁਣੋਂ ਤਾਂ ਕਸ਼ਮੀਰ ਦੇ ਬੂਹੇ ਅੱਗੇ ਖਲੋ ਕੇ ਕਿਨੋਂ ਇੱਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ, ਸਾਡੇ 'ਚੋਂ ਕੋਈ ਨਹੀਂ ਬੋਲਿਆ ਤੇਰਾ ਵਾਰਸ, ਇਸ ਦੁਨੀਆਂ ਦੇ ਉੱਤੇ ਕੋਈ ਮੇਰੇ ਮਾਲਕ ਦੇ ਕੱਦ ਦਾ ਨਹੀਂ। ਉਦਣ ਮਾਰ ਇਹਨਾਂ ਨੂੰ ਪਈ ਸੀ, ਅਤੇ ਮੇਰੇ ਬਾਬੇ ਨਾਨਕ ਦੀਨ ਦੁਨੀਆ ਦੇ ਮਾਲਕ ਨੇ ਕਿਹਾ ਸੀ ਇੱਤੀ ਮਾਰ ਪਈ ਕਰ ਲਾਣੇ। ਮੇਰਾ ਬਾਬਾ ਉੱਚੀ ਉੱਚੀ ਬੋਲਿਆ ਸੀ, ਕਿਸ ਤੋਂ ਨਹੀਂ ਚੱਕਿਆ, ਕਲਕਾਤੀ ਰਾਜੇ ਕਸਾਈ ਧਰਮ ਪੰਥ ਕਰ, ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ। ਮੇਰਾ ਬਾਬਾ ਪੂਰੇ ਮਾਹੌਲ ਉੱਤੇ ਬੋਲਿਆ, ਕਲ ਆਈ ਕੁੱਤੇ ਮੂਈ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ, ਤੁਹਾਡੇ ਸਾਹਮਣੇ ਸਾਰਾ ਕੁਝ ਵਾੜ ਹੀ ਕਰੀ ਜਾਣ ਡੀ।
ਜਿਹੜੀ ਵਾੜ ਪਾਈ ਸੀ ਨਾ ਵੀ ਇਹ ਪੁਲਿਸ ਆ ਜੀ ਲੋਕਾਂ ਨੂੰ ਬਚਾਊਗੀ, ਇਹ ਆਰਮੀ ਆ ਜੀ ਲੋਕਾਂ ਨੂੰ ਬਚਾਊਗੀ, ਉਹ ਵਾੜ ਹੀ ਖਾਣ ਲੱਗ ਪਈ। ਮੇਰਾ ਬਾਪੂ ਅੱਜ ਕਹਿੰਦਾ ਜੇ ਤੁਸੀਂ ਉਹਨੂੰ ਕਦੀ ਪਹਿਲੋਂ ਤੇ ਮੰਨੋ ਵੀ ਘੱਟ ਘੱਟ ਮੈਂ, ਫਿਰ ਉਹਨੂੰ ਜਾਣੋ ਤੇ ਫਿਰ ਉਹਨੂੰ ਇੱਥੇ ਲਿਖਿਆ ਅੰਤਰ ਬਾਹਰ ਏਕ ਪਛਾਣ ਇਉਂ ਘਰ ਮਹਿਲ ਸਿਆਪੇ। ਇਸ ਤਰ੍ਹਾਂ ਘਰ ਵਿੱਚ ਜੀਵ ਆਤਮਾ ਨਿੱਜ ਘਰ ਵਿੱਚ ਜਾ ਸਕਦੀ ਜਦੋਂ ਹਰ ਇੱਕ ਦੇ ਵਿੱਚ ਪਰਮੇਸ਼ੁਰ ਨੂੰ ਖਸਮ ਪਛਾਣ। ਬੋਲੋ ਭਲਾ, ਇਸ ਤਰ੍ਹਾਂ ਨਹੀਂ ਹੌਲੀ ਹੋ ਗਏ, ਖਸਮ ਤਰਸ ਕਰ ਜੀਪੇ, ਤਰਸ ਕਰ ਕੀੜੀ ਤੋਂ ਲੈ ਕੇ ਹਾਥੀ ਤੱਕ ਹਰ ਇੱਕ ਦੇ ਵਿੱਚ ਪਛਾਣ ਉਸ ਨੂੰ ਬੈਠੇ ਨੂੰ, ਤੇ ਫਿਰ ਉਹਦੇ ਤੇ ਤਰਸ ਕਰ ਜਿਹਨੂੰ ਮੈਂ ਮਾਰ ਲੱਗਾ ਇਹਦੇ ਵਿੱਚ ਉਹਦੀ ਜੋਤ ਜਗ ਰਹੀ। ਸਭ ਮੈਂ ਜੋਤ ਜਿਸ ਦੇ ਚਾਨਣ, ਫਿਰ ਅੱਗੇ ਜਾ ਕੇ ਕਹਿੰਦੇ ਪ੍ਰਭ ਨੇੜੇ ਹਰ ਦੂਰ ਨਾ ਜਾਣੋ। ਸਤਿਗੁਰੂ ਅਸੀਂ ਤੇ ਪਤਾ ਨਹੀਂ ਕਿੱਥੇ ਕਿੱਥੇ ਪਹਾੜੀਆਂ ਤੇ ਚੜ ਗਏ, ਆਖੋ ਵਾਹਿਗੁਰੂ, ਕੋਈ ਮੱਕੇ ਨੂੰ ਭੱਜ ਗਿਆ ਸਾਊਦੀ ਅਰਬ ਵਿੱਚ, ਕੋਈ ਜਗਨਨਾਥਪੁਰੀ ਨੂੰ ਭੱਜ ਗਿਆ, ਆ ਤੇਰੇ ਵੀ ਭੱਜੇ ਫਿਰਦੇ ਟਰਾਲੀਆਂ ਲੈ ਕੇ। ਤੂੰ ਕਹਿੰਦਾ ਪ੍ਰਭ ਨੇੜੇ, ਉੱਤੇ ਪੜੋ ਨਾ, ਫਿਰ ਬੋਲੋ ਪ੍ਰਭ ਨੇੜੇ। ਮਹਾਰਾਜ ਕਿੱਥੇ ਆ? ਕਹਿੰਦੇ ਇੱਕੋ ਸਿਰਟ ਸਬਾਈ, ਸਾਰੀ ਸ੍ਰਿਸ਼ਟੀ ਸਬਾਈ ਦੇ ਵਿੱਚ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ ਇੱਕ ਗੱਲ ਕਹਿ ਕੇ ਸਮਾਪਤੀ ਕਰੂੰ। ਔਰੰਗਜ਼ੇਬ ਨੇ ਕੀਤੇ ਪਾਪ, ਲਕਸ਼ਧਰ ਥੋੜ੍ਹਾ ਸੁਚੇਤ ਹੋ ਜਾਓ। ਔਰੰਗਜ਼ੇਬ ਨੇ ਅਤੇ ਅੱਜ ਉਹਦੀ ਉਮਤ ਨੂੰ ਸਮਝ ਰਹੇ ਹੋ ਕੁਛ ਭੁਗਤਣੇ ਪੈ ਰਹੇ। ਮੁਸਲਮਾਨਾਂ ਨੂੰ ਕਿਉਂ ਮਾਰਿਆ ਜਾ ਰਿਹਾ? ਵੀ ਸਾਡੇ ਨਾਲ ਔਰੰਗਜ਼ੇਬ ਨੇ ਵਾਅਦਾ ਕੀਤਾ ਸੀ, ਇਸ ਕਰਕੇ ਮਾਰ ਪੈ ਰਹੀ ਵੀ ਇਹ ਬਾਹਰੋਂ ਆਏ ਸੀ, ਇਹਨਾਂ ਸਾਡੇ ਲੋਕਾਂ ਨੂੰ ਦੱਬਿਆ ਕੁਚਲਿਆ ਮਾਰਿਆ। ਐਕਸ਼ਨ ਦਾ ਰਿਐਕਸ਼ਨ ਹੁੰਦਾ, ਉਹਦੇ ਕੀਤੇ ਪਾਪ ਦੀ ਉਹਦੀ ਉਮਤ ਨੂੰ ਅੱਜ 300 ਸਾਲ ਬਾਅਦ ਸਜ਼ਾ ਮਿਲ ਰਹੀ, ਅਤੇ ਜਿਹੜੇ ਅੱਜ ਦੇ ਹੁਣ ਤੁਸੀਂ ਕਰ ਰਹੇ ਹੋ ਨਹੀਂ ਪਤਾ ਲੱਗ ਰਿਹਾ, ਪਕੜਿਆ ਜੇ ਕਿ ਨਹੀਂ? ਜੇ ਉਹਦੀ ਉਮਤ ਨੂੰ ਤਿੰਨਾਂ ਸਾਲਾਂ ਬਾਅਦ ਜਾ ਕੇ 3 ਸਦੀਆਂ ਬਾਅਦ ਸਜ਼ਾ ਮਿਲ ਰਹੀ ਆ, ਅਤੇ ਜੋ ਅੱਜ ਭਾਈ ਜੀ ਤੁਸੀਂ ਬੀਜ ਰਹੇ ਹੋ ਨਾ ਕੰਡੇ, ਤੁਸੀਂ ਸੁਧਰ ਜਾਂਦੇ ਹੋ। ਵਿੱਚ ਕਰਤਾਰਪੁਰ ਖੰਡ ਕੇ ਖਲੋ ਗਿਆ ਸੀ ਹਿੰਦੂ ਦੇ ਅਤੇ ਮੁਸਲਮਾਨ ਦੇ, ਕੌਣ? ਗੁਰੂ ਨਾਨਕ ਸਾਹਿਬ। ਅਤੇ ਕਹਿੰਦਾ ਸੀ ਨਾ ਹੁਣ ਕਿਸੇ 'ਤੇ ਵੀ ਉਦੋਂ ਜ਼ੁਲਮ ਨਾ ਕਰੋ, ਜੇ ਉਹਨਾਂ ਕੋਲੋਂ ਹੋਇਆ ਤਾਂ ਤੁਸੀਂ ਨਾ ਕਰੋ, ਆਖੋ ਵਾਹਿਗੁਰੂ। ਮਗਰ ਜੋ ਅੱਜ ਕਰ ਰਿਹਾ ਹੈ ਨਾ ਅੱਜ ਦਾ ਹਾਕਮ, ਮੈਨੂੰ ਕੋਈ ਡਰ ਨਹੀਂ, ਮੈਂ ਉਹਨੂੰ ਹਾਕਮ ਮੰਨਦਾ ਕੇਵਲ, ਬਸ ਆਖੋ ਵਾਹਿਗੁਰੂ। ਅੱਜ ਦਾ ਹਾਕਮ ਕਰ ਰਿਹਾ ਹੈ ਉਹਨੂੰ ਤਾਂ ਕੀ ਹੋਣਾ ਹੈ, ਉਹ ਤਾਂ ਸੇਫ ਬੈਠਾ ਹੈ। ਮਗਰ ਜਿਹੜੀ ਉਮਤ ਅੱਜ ਉਹਦੇ ਪਿੱਛੇ ਨਾਅਰੇ ਮਾਰਦੀ ਆ, ਇਹਨਾਂ ਨੂੰ ਸੋਚ ਲੈਣਾ ਚਾਹੀਦਾ ਹੈ, ਇਹਨਾਂ ਗਲਤੀਆਂ ਨੇ 300 ਸਾਲ ਤੱਕ ਤੁਹਾਡਾ ਪਿੱਛਾ ਕਰਨਾ ਹੈ। ਅੱਜ ਤਾਂ ਤੁਸੀਂ ਮੂੰਹ ਕਰ ਰਹੇ ਹੋ ਸੱਤ ਚੰਗਾ ਹੋ ਰਿਹਾ ਜੀ, ਚੰਗਾ ਹੋ ਰਿਹਾ, ਮੁਸਲਮਾਨ ਕੁੱਟੇ ਜਾ ਰਹੇ। ਨਹੀਂ ਨਹੀਂ ਨਹੀਂ, ਮਨੁੱਖ ਭਾਵੇਂ ਮੁਸਲਮਾਨ ਹੋਵੇ, ਭਾਵੇਂ ਹਿੰਦੂ ਹੋਵੇ, ਭਾਵੇਂ ਈਸਾਈ ਹੋਵੇ, ਇੱਕ ਨੂਰ ਤੇ ਇੱਕ ਮਾਲਕ ਦੀ ਔਲਾਦ ਆ ਭਾਈ। ਇਹ ਪਾਪ ਨਹੀਂ ਕਰਨਾ ਚਾਹੀਦਾ, ਪਾਪ ਦੀ ਸਜ਼ਾ ਹਰ ਜੀਵ ਨੂੰ ਮਿਲਦੀ ਭਾਵੇਂ ਕੋਈ ਕਰੇ। ਇੱਕ ਅਹੰਕਾਰ ਅਵਰ ਨਹੀਂ ਦੂਜਾ, ਬੋਲੋ ਹਾਂ, ਬਾਣੀ ਦਾ ਕੀ ਨਾਮ ਸੀ? ਦੱਖਣੀ, ਦੱਖਣੀ ਕਿਹਦੇ ਨਾਲ ਗੱਲਬਾਤ ਹੋ ਰਹੀ?
ਪੰਡਿਤ ਦੇ ਨਾਲ, ਮੇਰੇ ਮਾਲਕ ਪੰਡਿਤ ਨੂੰ ਕਹਿੰਦੇ ਆਪਣੀ ਪੱਟੀ ਤੇ ਲਿਖ ਇੱਕ ਅੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ, ਨਾਨਕ ਉਧਰ ਵੀ ਬੈਠਾ ਤੇ ਇੱਧਰ ਵੀ ਬੈਠਾ, ਇੱਥੇ ਔਰਤ ਮਰਦਾਂ ਸਾਜੇ, ਇੱਥੇ ਔਰਤ ਮਰਦਾਂ ਸਾਜੇ, ਇੰਨਾ ਜਾਣ ਲਓ ਇੱਥੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ, ਇਹ ਸਭ ਕਬੀਰ ਪੂੰਗਰਾ ਰਾਮ ਅੱਲਾ ਕਾ, ਸਭ ਗੁਰ ਪੀਰ ਹਮਾਰੇ। ਜਿੰਨਾ ਚਿਰ ਇੱਥੇ ਗੱਲ ਨਹੀਂ ਆਉਂਦੀ ਗੁਰੂ ਕੇ ਸਿੱਖੋ, ਉਹਨਾਂ ਚਿਰ ਭਰਮ ਨਹੀਂ ਦੂਰ ਹੁੰਦੇ। ਗੁਰੂ ਰਹਿਮਤਾਂ ਕਰੇ, ਤੁਹਾਨੂੰ ਉੱਚਾ ਸੁੱਚਾ ਜੀਵਨ ਬਖਸ਼ੇ, ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਧੰਨ ਗੁਰੂ ਨਾਨਕ ਸਾਹਿਬ ਦਾ ਪੁਰਬ ਮਨਾਉਣ ਲਈ ਬਾਣੀ ਪੜ੍ਹੋ, ਜਪਜੀ ਸਾਹਿਬ ਨੂੰ ਸਮਝੋ। ਜੇ ਅਰਕਾ 550 ਸਾਲਾਂ 'ਤੇ ਤੁਹਾਨੂੰ ਜਪਜੀ ਸਾਹਿਬ ਦੇ ਅਰਥ ਆ ਗਏ ਤਾਂ ਸਮਝ ਲਓ ਗੁਰੂ ਸਾਹਿਬ ਦਾ ਪੁਰਬ ਮਨਾਇਆ ਗਿਆ। ਜੇ ਤੁਸੀਂ ਪੜ੍ਹਦੇ ਆਏ ਤਾਂ ਸਦੀਆਂ ਤੋਂ ਜੀਵ ਪੜ੍ਹਦਾ ਆਇਆ ਹੈ, ਪੜ੍ਹਨ ਤੋਂ ਅੱਗੇ ਵਿਚਾਰਨ ਦੀ ਵੀ ਕਹਾਣੀ ਆਈ ਆ। ਬਾਣੀ ਵਿਚਾਰੀਏ ਜੀਓ, ਬਾਣੀ ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ। ਵਿਚਾਰ ਦੀ ਗੱਲ ਬੜੀ ਮਹਾਨ ਆ ਗੁਰੂ ਨਾਨਕ ਦੇ ਘਰ ਵਿੱਚ, ਡਿੱਠੇ ਮੁਕਤ ਨਾ ਹੋਵੇ ਜੇ ਚਿਰ ਸ਼ਬਦ ਨਾ ਕਰੇ। ਸ਼ਬਦ ਦੀ ਵਿਚਾਰ ਵਿੱਚ ਆਓ, ਸ਼ਬਦ ਨੂੰ ਵਿਚਾਰੋ, ਜਿਹੜਾ ਜਪਜੀ ਸਾਹਿਬ ਪੜ੍ਹਦੇ। ਇੱਕ ਇੱਕ ਮੇਰੀ ਭੈਣ, ਇੱਕ ਇੱਕ ਮੇਰਾ ਵੀਰ, ਇਹ 550 ਸਾਲਾਂ 'ਤੇ ਜਪਜੀ ਸਾਹਿਬ ਦੇ ਅਰਥ ਪੜ੍ਹੇ, ਮਸਕੀਨ ਸਾਹਿਬ ਦੀ ਕਥਾ ਸੁਣੇ। ਆਖੋ ਵਾਹਿਗੁਰੂ, ਜਿਹੜੀ ਜਪਜੀ ਸਾਹਿਬ ਦੀ ਕਥਾ ਭਾਈ ਸੰਤ ਸਿੰਘ ਜੀ ਮਸਕੀਨ ਹੋਣਾ ਕੀਤੀ ਆ, ਉਹਨੂੰ ਇੱਕ ਇੱਕ ਪਤਾ ਕਰਕੇ ਰੋਜ਼ ਸੁਣੇ। ਮੈਂ ਨਹੀਂ ਕਹਿੰਦਾ ਉਹਨਾਂ ਪੂਰੀ ਕਰਤੀ, ਉਹ ਆਪ ਕਹਿੰਦੇ ਆ ਵੀ ਮੇਰੇ ਕੋਲ ਪੂਰੀ ਨਹੀਂ ਹੋਈ, ਮਗਰ ਜਿੰਨੇ ਕੁ ਲੈਵਲ ਦੇ ਅਸੀਂ ਹੈਗੇ ਹਾਂ, ਕੁਛ ਨਾ ਕੁਛ ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਅਸੰਖ ਗਲ ਵੱਢ, ਅਸੰਖ ਪਾਪੀ ਅਸੰਖ ਕੁੜਿਆਰ, ਅਸੰਖ ਮਲੇਸ਼ ਅਸੰਖ ਨਿੰਦਕ, ਨਾਨਕ ਨੀਚ ਵਾਰਿਆ ਨਾ ਜਾਵਾਂ, ਜੋ ਤੁਧ ਪਾਵੈ ਤੂੰ ਸਦਾ ਸਲਾਮਤ ਨਿਰੰਕਾਰ। ਸੱਚੀ ਮੁੱਚੀ ਜਦੋਂ ਤੁਸੀਂ ਇਸ ਪੌੜੀ ਦੇ ਅਰਥ ਪੜ੍ਹ ਲਓਗੇ, ਜਾਣ ਲਓਗੇ, ਇਹ ਧਰਤੀ ਤੁਹਾਨੂੰ ਅਸੰਖ ਚੋਰਾਂ ਦੀ ਦਿਸੂਗੀ, ਅਸੰਖ ਹਰਾਮ ਖੋਰਾਂ ਦੀ ਦਿਸੂਗੀ, ਅਸੰਖ ਗਲ ਵੱਢ ਹੱਤਿਆ ਕਮਾਉਣ ਵਾਲਿਆਂ ਦੀ ਦਿਸੂਗੀ। ਇਹ ਫਿਰ ਤੁਹਾਨੂੰ ਪਤਾ ਲੱਗ ਜੂਗਾ ਇਹ ਕੋਈ ਸਤਵੇਂ ਅਸਮਾਨ ਦੀਆਂ ਕਹਾਣੀਆਂ ਨਹੀਂ, ਇੱਥੇ ਹੀ ਬੈਠੇ ਨੇ। ਗਰੀਬ ਨਿਵਾਜ ਮਿਹਰ ਕਰੇ, ਸਾਰਿਆਂ ਦਾ ਭਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ।